ਇਹ ਨਰ ਤੇ ਮਾਦਾ ਦੋਵਾਂ ਮੱਖੀਆਂ ਤੇ ਅਸਰ ਅੰਦੋਜ਼ ਹੁੰਦੀ ਇਹ ਜੀ ਅੱਲਾਹ ਬਿਹਤਰ ਜਾਣੇ ਜੇ ਤਾਂ ਮੱਖੀ ਵਿੱਚ ਵੜਦੀ ਬੇ ਨੇ ਇਹ ਪਤਾ ਨਹੀਂ ਹੁੰਦਾ ਵੀ ਉਹ ਨਰ ਹੁੰਦੀ ਹੈ ਕਿ ਮਾਦਾ ਹੁੰਦੀ ਹੈ ਅਜ ਤਾਂ ਮੱਖੀ ਵੇਂਦੇ ਰਹਿੰਦੇ ਨੇ ਵੀ ਇਹਦੀ ਖੁਸ਼ਬੂ ਤੇ ਮੱਖੀ ਆ ਜਾਂਦੀ ਹੈ ਅੱਛਾ ਅਸਲਾਮੁਅਲੈਕਮ ਨਾਜ਼ਰੀਨ ਮੈਂ ওয়ਸੀਮ 사जिद ਅੱਜ ਆਪਣੇ YouTube ਚੈਨਲ Farm Hub ਪਰ ਇੱਕ ਨਈ ਵੀਡੀਓ ਕੇ ਸਾਥ ਹਾਜ਼ਰ ਹੁਆ ਹੂੰ ਫਰੂਟ ਫਲਾਈ ਨਾਮ ਕੀ ਇੱਕ ਮੱਖੀ ਹੈ ਜਿਸ ਨੇ ਬਹੁਤ ਜ਼ਿਆਦਾ ਜ਼ਿਮੀਦਾਰਾਂ ਕੋ ਤੰਗ ਕੀਆ ਹੋਇਆ ਹੈ ये जो मक्खी है ये सब्जियों पर भी हमलावर हो रही है जब ये डंग लगाती है तो जो फ्रूट होता है वो ख़राब हो जाता है ये फ्रूट के अंदर अंडे है वो देती है और फ्रूट जो है वो गलना सड़ना शुरू हो जाता है तो आज हम इस बाग के अंदर पहुँचे इसके जो ऑनर हैं उनसे हमने बात की है और इसका जो हल है वो उनसे पूछा है रिसेंटली उन्होंने ਵੋਟ ਰੀਕਾ ਕਰ ਅਪਣਾਣਾ ਸ਼ੁਰੂ ਕੀਆ ਹੈ ਤੋ ਕਾਫੀ ਹੱਦ ਤੱਕ ਜੋ ਕੰਟਰੋਲ ਹੈ ਵੋ ਹੋ ਗਿਆ ਹੈ ਬਿਲਕੁਲ ਖਤਮ ਤੋ ਨਹੀਂ ਹੋਈ ਲੇਕਿਨ ਕਿਸੇ ਹੱਦ ਤੱਕ ਕੰਟਰੋਲ ਹੋ ਗਈ ਹੈ ਮੱਕੀ ਕੋਈ ਇਸ ਤਰ੍ਹਾਂ ਦੀ ਸਪਰੇ ਜਿੰਦਾ ਇਹ ਅਸਰ ਕਬੂਲ ਕਰ ਜਾਂਦੀ ਹੋਏ ਨਹੀਂ ਜੀ ਕੋਈ ਨਹੀਂ ਆਰਜ਼ੀ ਤੌਰ ਤੇ ਜਿੰਨਾ ਚਿਰ ਸਪਰੇ ਦਾ ਅਸਰ ਹੋਵੇ ਬਸ ਉਹਨਾ ਚਿਰ ਅੱਛਾ ਆਰਜ਼ੀ ਤੌਰ ਤੇ ਆਰਜ਼ੀ ਤੌਰ ਤੇ ਕੋ ਚੰਦ ਦਿਨਾਂ ਵਾਸਤੇ ਇੱਕ ਸਪਰੇ ਦਾ ਅਸਰ ਚੱਲਦਾ ਕੁ ਜ਼ਿਆਦਾ ਜ਼ਿਆਦਾ 5 ਦਿਨ ਹਫਤਾ ਉਸ ਤੋਂ ਬਾਅਦ ਫਿਰ ਇਹ ਕੰਮ ਸ਼ੁਰੂ ਕਰ ਦਿੰਦੀ ਅੱਛਾ ਇਹ ਮੱਕੀ ਫਰੂਟ ਦੇ ਅੰਦਰ ਅੰਡੇ ਦਿੰਦੀ ਏ ਬੱਚੇ ਦਿੰਦੀ ਏ ਕੀ ਕਰਦੀ ਏ ਇਹ ਜੀ ਡੰਗ ਮਾਰਦੀ ਆ ਤੇ ਡੰਗ ਦੇ ਜ਼ਰੀਏ ਇਹਦਾ ਕੋਈ ਜ਼ਹਿਰ ਹੁੰਦਾ ਜਿਹੜਾ ਇਹਦੇ ਵਿੱਚੋਂ ਖਾਰਜ ਹੋ ਕੇ ਮਰੂਦ ਦੇ ਵਿੱਚ ਵੜ ਜਾਂਦਾ ਤੇ ਉਹਦੇ ਤੋਂ ਬਾਅਦ ਉੱਥੋਂ ਫਿਰ ਕੀੜੇ ਦੀ ਪੈਦਾਇਸ਼ ਸ਼ੁਰੂ ਹੁੰਦੀ ਏ ਤੇ ਉਹ ਫਰੂਟ ਜਿਹੜਾ ਜ਼ਾਇਆ ਹੋ ਜਾਂਦਾ ਹਾਂਜੀ ਉਹ ਕੀੜਾ ਜਦੋਂ ਅੰਦਰ ਮਰੂਦ ਦੇ ਵਿੱਚ ਮਠਾਸ ਬਣਨੀ ਸ਼ੁਰੂ ਹੁੰਦੀ ਉਹ ਮਠਾਸ ਹੀ ਜਿਹੜੀ ਹੈ ਨਾ ਉਹ ਕੀੜੇ ਦੀ ਖੁਰਾਕ ਹੁੰਦੀ ਏ ਤੇ ਉਹ ਖਾ ਕੇ ਕੀੜਾ ਪਲਦਾ ਹੈ ਤੇ ਜਵਾਨ ਹੁੰਦਾ ਤੇ ਉੱਥੇ ਆਪਣਾ ਕੰਮ ਸ਼ੁਰੂ ਕਰ ਦਿੰਦਾ ਅੱਛਾ ਤੇ ਯਾਨੀ ਕਿ ਪਰਮਾਨੈਂਟ ਇਹਦਾ ਕੋਈ ਹੱਲ ਨਹੀਂ ਨਿਕਲਿਆ ਪਰਮਾਨੈਂਟ ਇਹਦਾ ਕੋਈ ਨਹੀਂ ਆ ਬੁੜੇ ਵਾਲਾ ਹੈਗਾ ਇਹ ਵੀ ਬੁੜਾ ਜਿਹੜਾ ਹੈ ਨਾ ਇਹ ਹਰ ਬੂਟੇ ਨਾਲ ਬੁੜਾ ਲੱਗੇ ਤੇ ਫਿਰ ਕੋਈ ਥੋੜਾ ਬਹੁਤ ਕੰਟਰੋਲ ਹੋ ਜਾਂਦਾ ਤੇ ਜੇ ਮਿਸਾਲ ਇਹ ਕੋਈ ਚਾਰ ਪੰਜ ਕਨਾਲ ਬਾਗ ਹੋਵੇ ਤੇ ਉਹਦੇ ਵਿੱਚ ਚਾਰ ਸ਼ੀਸ਼ੀਆਂ ਲਾਈਆਂ ਹੋਣ ਬੁੜਾ ਰੱਖ ਕੇ ਤੇ ਉਹਦੇ ਨਾਲ ਕੋਈ ਐਡਾ ਖਾਸ ਅਸਰ ਨਹੀਂ ਹੁੰਦਾ ਵੀ ਜਿਹੜੀ ਕਰੀਬ ਤਰੀਨ ਮੱਖੀ ਨੇੜੇ ਨੇੜੇ ਮਿਸਾਲ ਇਹ ਕੋਈ ਪੰਜਾਂ ਦਸਾਂ ਗਜ਼ਾਂ ਤੇ ਉਹ ਨਹੀਂ ਕੋਈ ਖਿੱਚ ਲੈਂਦੀ ਖੁਸ਼ਬੂ ਨਾਲ ਅੱਛਾ ਜਿਹੜਾ ਤੁਸੀਂ ਟਰੈਪ ਲਾਏ ਹੋਏ ਨੇ ਜਰਾ ਉਹ ਟਰੈਪ ਦਾ ਕੋਲ ਚੱਲ ਲਿਆ ਤੇ ਤੁਸੀਂ ਸਾਨੂੰ ਦੱਸੋ ਹੁੰਦੇ ਬਾਰੇ। ਨਾਜ਼ਰੀਨ ਬਾਹਰ ਨਹੀਂ ਆ। ਇਹ ਜਿਹੜੀ ਦਵਾਈ ਸਮਾਲ ਕਰਦੇ ਨੇ ਉਹ ਮੈਡੀਸਨ ਮੈਂ ਸ਼ੀਸ਼ੀ ਮੇਰੇ ਅੱਗੇ ਉਹਦਾ ਨਾਮ ਵੀ ਤੁਹਾਨੂੰ ਦੱਸਦੇ ਆ। ਤੇ ਇਹਨਾਂ ਕੋਲ ਪੁੱਛਨੇ ਆ ਕਿ ਕੀ ਤਰੀਕਾ ਕਰ ਅਪਣਾਉਂਦੇ ਨੇ। ਇਹ ਜਿਹੜੀ ਏ ਟਰੈਕਸ ਨਾਮ ਦੀ ਮੈਡੀਸਨ ਹੈ। ਹਾਂਜੀ। ਇਹ ਨਾਜ਼ਰੀਨ ਇਹਦੀ ਕੀ ਕੀਮਤ ਹੈਗੀ? ਇਹ 7 ਕੁ 100 ਰੁਪਿਆ ਇੱਕ ਸ਼ੀਸ਼ੀ ਦੀ ਕੀਮਤ ਹੈ। 700 ਰੁਪਏ ਦੀ। ਹਾਂਜੀ। ਇਹ ਨਰ ਤੇ ਮਾਦਾ ਦੋਵਾਂ ਮੱਖੀਆਂ ਤੇ ਅਸਰ ਅੰਦੋਜ਼ ਹੁੰਦੀ ਇਹ ਜੀ ਅੱਲਾਹ ਬਿਹਤਰ ਜਾਣੇ ਅਸੀਂ ਤਾਂ ਮੱਖੀ ਵਿੱਚ ਵੜਦੀ ਵੇਣ ਹੈ ਇਹ ਪਤਾ ਨਹੀਂ ਹੁੰਦਾ ਵੀ ਉਹ ਨਰ ਹੁੰਦੀ ਹੈ ਕਿ ਮਾਦਾ ਹੁੰਦੀ ਹੈ ਅਸੀਂ ਤਾਂ ਮੱਖੀ ਵੇਂਦੇ ਰਹਿੰਨੇ ਆਂ ਵੀ ਇਹਦੀ ਖੁਸ਼ਬੂ ਤੇ ਮੱਖੀ ਆ ਜਾਂਦੀ ਹੈ ਅੱਛਾ ਬੋਤਲ ਦੇ ਵਿੱਚ ਅਸੀਂ ਬੂੜਾ ਰੱਖਦੇ ਆ ਇਹ ਜਿਹੜੀ 700 ਰੁਪਏ ਦੀ ਤੁਸੀਂ ਬੋਤਲ ਲੈ ਕੇ ਆਂਦੇ ਜੇ ਹਾਂਜੀ ਇਹ ਸਾਹਮਣੇ ਬੂੜਾ ਨਜ਼ਰ ਆ ਰਿਹਾ ਰੂਈ ਦਾ ਹਾਂਜੀ ਇਹ ਬੂੜਾ ਇਹਦੇ ਅੰਦਰ ਗਿੱਲਾ ਕਰਨਾ ਹੈ ਤੁਸੀਂ ਹਾਂਜੀ ਫੁੱਲ ਭਰ ਕੇ ਗਿੱਲਾ ਕਰਨਾ ਹੈ ਗਿੱਲਾ ਕਰਕੇ ਤੇ ਨਾਜ਼ਰੀਨ ਇੱਕ ਬੋਤਲ ਲੈਣੀ ਬੋਤਲ ਐ ਇਸ ਤਰ੍ਹਾਂ ਪੌਦੇ ਦੇ ਨਾਲ ਬੰਨ੍ਹ ਦੇਣੀ ਤੁਸੀਂ ਹਾਂ ਤੇ ਬੁੜੇ ਨੂੰ ਪਾ ਦੇਣਾ ਬੁੜਾ ਵਿੱਚ ਪਿਆ ਵੀ ਹੋਇਆ ਤੇ ਇਹ ਜਿਹੜਾ ਹੈ ਨਾ ਇਹ ਮੱਖੀਆਂ ਪਹਿਲੇ ਮਰੀਆਂ ਪਿਆਣੇ ਵਿੱਚ ਆਈ ਉਡੀਆਂ ਵੀ ਫਿਰਦੀਆਂ ਨੇ ਖੁਸ਼ਬੂ ਤੇ ਆਈਆਂ ਨੇ ਵਿੱਚ ਇੱਕ ਆ ਉੱਡੀ ਫਿਰਦੀ ਤੁਸੀਂ ਵੇਹ ਦੇ ਪਾ ਦੇ ਯਾਨੀ ਕਿ ਇਹਦੀ ਖੁਸ਼ਬੂ ਆਏਗੀ ਤੇ ਮੱਖੀਆਂ ਦੇ ਅੰਦਰ ਇੰਟਰ ਹੋ ਜਾਏਗੀ ਇਹ ਤਕਰੀਬਨ 20-300 ਮੱਖੀ ਜਿਹੜੀ ਅੰਦਰ ਪਈ ਹੋਈ ਆ ਕੋਈ ਮਰ ਚੁੱਕੀ ਹੈ ਕੋਈ ਆ ਇੱਕ ਵੇ ਚੁੱਡੀ ਫੇਰਦੀ ਆ ਦੂਜੀਆਂ ਵੀ ਵਿੱਚ ਆਈਆਂ ਨੇ ਤੇ ਉੱਥੇ ਰੁਕੀਆਂ ਖੜੀਆਂ ਨੇ ਤੇ ਆ ਵਿੱਚ ਜਿਹੜੀ ਇਹਨਾਂ ਬਾਹਰ ਨਿਕਲਣ ਦੀ ਕੋਸ਼ਿਸ਼ ਵੀ ਕਰਦੀ ਹੈ ਲੇਕਿਨ ਇਹ ਹੁਣ ਇੱਥੇ ਹੀ ਮਰ ਜਾਏਗੀ ਇਹ ਖੁਸ਼ਬੋ ਨਾਲ ਬੇਹੋਸ਼ ਹੋਈ ਪਈ ਇਹਨੂੰ ਨਹੀਂ ਪਤਾ ਲੱਗਦਾ ਵੀ ਹੁਣ ਮੈਂ ਕਿੱਧਰ ਜਾਣਾ ਹੈ ਤੇ ਤੁਸੀਂ ਇਸ ਤਰ੍ਹਾਂ ਕਰਿਆ ਕਰੋ ਨਾ ਕਿ ਜਿਹੜੀਆਂ ਮਰੀਆਂ ਮੱਖੀਆਂ ਨੇ ਇਹਨਾਂ ਨੂੰ ਦਬਾ ਦਿਆ ਕਰੋ ਇਹਨਾਂ ਦਾ ਹੁਣ ਕੋਈ ਮਸਾਲੇ ਵੀ ਇਹਨਾਂ ਦਾ ਕੋਈ ਨੁਕਸਾਨ ਕੋਈ ਨਹੀਂ ਇਹ ਤਾਂ ਇਹਨਾਂ ਦਾ ਤਾਂ ਕੰਮ ਹੋ ਗਿਆ ਨਾ ਇਹ ਖਤਮ ਹੋ ਗਈਆਂ ਉਸੋ ਅਟਕੇ ਇੱਕ ਹੋਰ ਵੇਖਿਆ ਕਿ ਜਿਹੜਾ ਫਰੂਟ ਉਹਦਾ ਖਰਾਬ ਹੋ ਜਾਂਦਾ ਜਿੰਦੇ ਅੰਦਰ ਕੀੜਾ ਮੌਜੂਦ ਹੁੰਦਾ ਤੁਸੀਂ ਕੋਸ਼ਿਸ਼ ਕਰਿਆ ਕਰੋ ਕਿ ਉਸ ਫਰੂਟ ਨੂੰ ਵੀ ਦਬਾ ਦਿਆ ਕਰੋ ਉਹਦਾ ਸੀ ਤੋੜ ਕੇ ਥੱਲੇ ਸੜ ਦੇਣੇ ਪਾਣੀ ਦੇਈਦਾ ਵਿੱਚ ਗਲ ਗੁਲ ਜਾਂਦੇ ਲੋ ਤਾਂ ਕੋਈ ਅੱਡਾ ਮਸਲਾ ਨਾ ਵੀ ਦਬਾਈਏ ਤੋਂ ਪਾਣੀ ਖੱਗੇ ਹੀ ਛੱਟੀ ਦੇਣੇ ਤੋਂ ਪਾਣੀ ਜਦੋਂ ਆਂਦਾਂ ਵਿੱਚ ਗਲ ਗੁਲ ਜਾਂਦੇ ਤੁਸੀਂ ਕਿੰਨੀ ਕਿਸਮ ਦਾ ਜਿਹੜਾ ਫਰੂਟ ਹੈ ਉਹ ਕਾਸ਼ਟ ਕੀਤਾ ਹੋਇਆ ਇਹ ਚੀਜ਼ ਜਿਹੜੀ ਤੁਹਾਡੇ ਸਾਹਮਣੇ ਇਹ ਜੀ ਪੰਜ ਕੇ ਨਾਲ ਬਾਗਿਆ ਆਪਣਾ ਅਮਰੂਦਾਂ ਦਾ ਵਿੱਚ ਕੋਈ ਜੰਮੂ ਵੀ ਨਹੀਂ ਅੰਬ ਵੀ ਨਹੀਂ ਲੂਚੇ ਵੀ ਨਹੀਂ ਤੋ ਇਹ ਟ੍ਰੈਪ ਹੀ ਲਾਈਦਾ ਹੈ ਤੇ ਬੱਚੇ ਦੇ ਨਾਲ ਮੱਕੀ ਜਿਹੜੀ ਨਾ ਕੰਟਰੋਲ ਹੋ ਜਾਂਦੀ ਏ ਬਾਰਲੇ ਜੇ ਥੋੜਾ ਲਾਏ ਤੇ ਫਿਰ ਜਿਹੜਾ ਹੈ ਨਾ ਕੋਈ ਅਸਰ ਅੰਦਾਜ਼ ਜਿਹੜਾ ਹੈ ਨਾ ਫਿਰ ਇਹ ਹਮਲਾ ਕਰਦੀ ਰਹਿੰਦੀ ਗਾਇ ਬਗਾਏ ਤੇ ਜੇ ਅਰਧ ਰਸਤਰਾ ਵਾਲੀ ਲਾ ਦੇ ਯਾਰ ਬੂਟੇ ਨਾਲ ਤੇ ਫਿਰ ਕੰਟਰੋਲ ਹੋ ਸਕਦੀ ਅੱਛਾ ਕੰਟਰੋਲ ਹੋ ਸਕਦੀ ਖਤਮ ਨਹੀਂ ਹੋ ਸਕਦੀ ਖਤਮ ਨਹੀਂ ਹੋ ਸਕਦੀ ਕੰਟਰੋਲ ਹੋ ਸਕਦੀ ਹੁੰਦਾ ਇਹ ਆ ਕਿ ਜਿਹੜੀ ਬਾਗ ਚਾਹੀਏ ਨਾ ਉਹ ਬੋਤਲਾਂ ਚ ਵੱਢ ਜਾਗੀ ਜਿਹੜੀ ਬਾਹਰ ਆਸ-ਪਾਸ ਫਿਰਦੀ ਹੈ ਨਾ ਉਹ ਫਿਰ ਆ ਜਾ ਦੂਜੇ ਦਿਨ ਆ ਜਾ ਤੀਏ ਦਿਨ ਆ ਜਾ ਉਹ ਫਿਰ ਆ ਜਾਂਦੀ ਮਤਲਬ ਇਹ ਸਿਸਟਮ ਚੱਲਦਾ ਰਹਿੰਦਾ ਬਾਹਰੋਂ ਆਂਦੀ ਰਹਿੰਦੀ ਇਹ ਤੇ ਆਦੀ ਦਾ ਮਰੂਦਾ ਵਲਿਆ ਅਗੋਂ ਖੁਸ਼ਬੂ ਜਲੇ ਪੈਂਦੀ ਉਹ ਬੋਤਲਾਂ ਚ ਵੱਢ ਜਾਂਦੀ ਨੇ ਕਿ ਇਹ ਤਰੀਕਾ ਸਹੀ ਹੈਗਾ ਹਾਂ ਜੀ ਕਿ ਇਹ ਬੂੜੇ ਰੱਖੋ ਵਿੱਚ ਮੱਖੀ ਆਏਗੀ ਫਰੂਟ ਤੇ ਹਮਲਾ ਕਰਨ ਲਈ ਲੈ ਕੇ ਉਹਦੇ ਇੰਟਰ ਹੋ ਜਾਏਗੀ ਹਾਂ ਜੀ ਵਾਲੇ ਮੁੜ ਜਾਏਗੀ ਤੇ ਜਿਹੜੀ ਫਰੂਟ ਦੇ ਉੱਤੇ ਬਹਿ ਜਾਏਗੀ ਉਹ ਦਾ ਫਰੂਟ ਨੂੰ ਖਰਾਬ ਕਰ ਦੇ ਹਾਂ ਜੀ ਹਾਂ ਜੀ ਬਿਲਕੁਲ ਉਹ ਆਏਗੀ ਤਾਂ ਫਰੂਟ ਵੱਲੇ ਆਏਗੀ ਬੂਟੇ ਦੇ ਉੱਤੇ ਬਵੇਗੀ ਜੇ ਅਗਰ ਬੋਤਲ ਲੱਗੀ ਹੋਵੇਗੀ ਬੂਟੇ ਨਾਲ ਤੇ ਉਹ ਮਰੂਦ ਤੇ ਬਹਿਣ ਦੀ ਬਜਾਏ ਉਹ ਬੋਤਲ 'ਚ ਵੜੇਗੀ ਜੇ ਮਰੂਦ ਹੋਵੇ ਖਾਲੀ ਬੋਤਲ ਦੂਜੇ ਬੂੜੇ ਤੇ ਖੜੀ ਹੈ ਤੇ ਫਿਰ ਉਹ ਪਹਿਲੇ ਮਰੂਦ ਤੇ ਰੱਜ ਕੇ ਡੰਗ ਮਾਰ ਲਏਗੀ ਫੇਰ ਬੋਤਲ ਵਾਲੇ ਜਾਏਗੀ ਉਹ ਆਪਣਾ ਕੰਮ ਪਹਿਲੇ ਕਰ ਲੈਗੀ ਅੱਛਾ ਜਿਵੇਂ ਤੁਸੀਂ ਇਹ ਸ਼ੀਸ਼ੀ ਵਹਾਈ ਮੈਨੂੰ 700 ਰੁਪਏ ਦੀ ਆਈ ਏ ਹਾਂਜੀ ਇਹਦੇ ਨਾਲ ਤਕਰੀਬਨ ਕਿੰਨੇ ਬੁੜੇ ਬਣ ਜਾਂਦੇ ਨੇ ਅੰਦਾਜ਼ ਬੁੜੇ ਜੇ ਮਸਾਲੇ ਵੀ ਕੋਈ ਕਮਸ ਕਮ ਨਾ 15 16 ਬੋਤਲਾਂ ਹੋਣ ਨਾ ਤੇ 15 16 ਬੁੜੇ ਇੱਕ ਸ਼ੀਸ਼ੀ ਨਾਲ ਬਣ ਜਾਂਦੇ ਇੱਕ ਸ਼ੀਸ਼ੀ ਦਾ ਬਣ ਜਾਂਦੇ ਛੋਟੇ ਬੁੜੇ ਜਿਹੜੇ ਨਾਲ ਲੱਗ ਜਾਂਦੇ ਤੇ ਅੰਦਾਜ਼ਨ ਕਿੰਨੇ ਦਿਨਾਂ ਤੱਕ ਅਸਰ ਅੰਦਾਜ਼ ਰਹਿੰਦੀ ਕੋਈ ਕਮਸ ਕਮ ਮਹੀਨਾ ਲਾਜ਼ਮੀ ਕੱਟ ਜਾਂਦੇ ਮਹੀਨਾ ਲਾਜ਼ਮੀ ਕੱਟ ਜਾਂਦੇ ਤਬਾਜ਼ ਬੂڑا ਖੁਸ਼ਕ ਹੋ ਜਾਂਦਾ ਦਵਾਈ ਸੁੱਕ ਜਾਂਦੀ ਤੇ ਉਹ ਫਿਰ ਉਹਦਾ ਖਸ਼ਬੋ ਵੀ ਘਟ ਜਾਂਦੀ ਫਿਰ ਘਾਟ ਆਉਂਦੀ ਤੇ ਨਵੇਂ ਲਾਉਣੇ ਚਾਹੀਦੇ ਠੀਕ ਹੈ ਬਦਲ ਦੇਣਾ ਚਾਹੀਦਾ ਅਗਲਾ ਬੂڑا ਜਿਹੜਾ ਵੀ ਚ ਕੱਢ ਕੇ ਨਵਾਂ ਭੇਕੇ ਲਾ ਦਿਓ ਜਾਂ ਉਸੇ ਨੂੰ ਭੇਕੇ ਵਾਪਸ ਰੱਖ ਦਿਓ ਉਹ ਵੀ ਕੋਈ ਮਸਲਾ ਨਹੀਂ ਤੇ ਨਾਜ਼ਰੀਨ ਜਿਹੜੀ ਇਹ ਮੈਡੀਸਨ ਤੁਹਾਨੂੰ ਦਿਖਾ ਰਿਹਾ ਇਹ ਜਿਹੜੀ ਨਰਮ ਮੱਖੀ ਹੁੰਦੀ ਹੈ ਉਹਨੂੰ ਜ਼ਿਆਦਾਤਰ ਆਪਣੀ ਤਰਫ ਅਟਰੈਕਟ ਕਰਦੀ ਹੈ ਤੇ ਜ਼ਿਆਦਾ ਜਿਹੜੀ ਨੁਕਸਾਨ ਦਾ ਮੱਖੀ ਹੁੰਦੀ ਹੈ ਉਹ ਹੁੰਦੀ ਵੀ ਨਰਮ ਮੱਖੀ ਹੈ ਤੇ ਇਹ ਬੜਾ ਹੀ ਸਸਾ ਤੇ ਆਸਾਨ ਤਰੀਕਾ ਹੈ ਘਰ ਦੇ ਵਿੱਚ ਤੁਹਾਨੂੰ ਬੋਤਲਾਂ ਜਿਹੜੀਆਂ ਆਮ ਯੂਜ਼ਰ ਹੋਈਆਂ ਹੋਈਆਂ ਉਹ ਮਿਲ ਜਾਂਦੀਆਂ ਨੇ ਉਹਨਾਂ ਦੇ ਇਸ ਤਰ੍ਹਾਂ ਟਰੈਪ ਬਣਾਓ ਤੇ ਪੌਦਿਆਂ ਨਾਲ ਲਟਕਾ ਦੇਵੋ ਤੇ ਤੁਸੀਂ ਕਾਫੀ ਜਿਹੜਾ ਨੁਕਸਾਨ ਹੁੰਦੇ ਤੋਂ ਬਚ ਸਕਦੇ ਜੇ ਨਾਜ਼ਰੀਨ ਉਮੀਦ ਕਰਦੇ ਆ ਕਿ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਚੰਗੀ ਲੱਗੀ ਹੋਵੇਗੀ ਅਗਰ ਇਹ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰ ਦਿਅ ਜੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਜੇ ਤਾਂ ਜਿਹੜੀ ਹਰ ਨਿਆਣਾਂ ਨਾਲ ਵੀਡੀਓ ਇਹ ਤੁਹਾਡੇ ਤੱਕ ਪਹੁੰਚ ਸਕੇ ਜੀ ਤੱਕ ਮਿਲਨੇ ਆ ਨੈਕਸਟ ਵੀਡੀਓ ਚ ਉਦੋਂ ਤਾਈਂ ਅੱਲਾਹ ਹਾਫਿਜ਼ ਅੱਲਾਹ ਹਾਫਿਜ਼ ਭਾਈ ਅੱਲਾਹ ਹਾਫਿਜ਼ ਜੀ ਅੱਲਾਹ ਹਾਫਿਜ਼